ਬਹੁਤ ਵੱਡੀ ਘਾਟ ਪਈ ਆ ਪਾਰਟੀ ਨੂੰ ਪਰਿਵਾਰ ਨੂੰ ਥੱਲੇ ਕਰੀ ਸਟਾਰ ਥੱਲੇ ਇਹ ਘਾਟ ਤਾਂ ਨਹੀਂ ਪੂਰੀ ਹੋ ਸਕਦੀ ਪਰ ਪਰਿਵਾਰ ਦੇ ਨਾਲ ਜਿੱਥੇ ਵੀ ਲੋੜ ਹੋਊਗੀ ਪਰਿਵਾਰ ਨੂੰ ਮੈਂ ਸਾਰੀ ਜ਼ਿੰਦਗੀ ਸਰਪੰਚ ਸਰਦਾਰ ਗੁਰਦਿਆਲ ਸੋਹਣਾ ਦੇ ਪਰਿਵਾਰ ਦੇ ਨਾਲ ਖੜੂੰਗਾ ਬਾਕੀ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਕਾਨੂੰਨ ਤਹਿਤ ਜਲਦ ਤੋਂ ਜਲਦ ਜਿਹੜੀ ਆ ਕਾਨੂੰਨੀ ਕਾਰਵਾਈ ਕਰਕੇ ਗ੍ਰਿਫਤਾਰ ਕੀਤਾ ਜਾਊਗਾ ਸਾਡੇ SSP ਸਾਹਿਬ SPD ਸਾਹਿਬ ਸਾਰੇ ਅਫਸਰ ਮੌਕੇ 'ਤੇ ਇੱਥੇ ਮੌਜੂਦ ਨੇ ਅਤੇ ਜਿਸ ਦਿਨ ਦਾ ਮਰਡਰ ਹੋਇਆ ਉਸ ਦਿਨ ਦਾ ਹੀ ਸਾਰੀਆਂ ਪੁਲਿਸ ਦੀਆਂ ਟੀਮਾਂ ਮੁਸਤੈਦੀ ਦੇ ਨਾਲ ਕੰਮ ਕਰ ਰਹੀਆਂ ਬੜੀ ਵੱਡੀ ਘਾਟ ਪਈ ਹੈ ਇੱਥੇ ਕੁਝ ਮੈਂ ਕਹਿ ਹੀ ਨਹੀਂ ਸਕਦਾ ਕਿੱਡਾ ਵੱਡਾ ਘਾਟਾ ਪਿਆ ਪਰਿਵਾਰ ਨੂੰ ਪਾਰਟੀ ਸਾਡਾ ਆਗੂ ਸੀ ਰਾਜਵਿੰਦਰ ਸਿੰਘ ਤਲਵੰਡੀ ਬਹੁਤ ਵਧੀਆ ਇਨਸਾਨ ਸੀ ਨੇਕ ਸਾਊ ਦਲੇਰ ਹਰੇਕ ਨਾਲ ਖੜ੍ਹਨ ਨਾਲ ਯਾਰਾਂ ਦਾ ਯਾਰ ਬੜੀ ਘਾਟ ਪਈ ਹੈ ਪਰਿਵਾਰ ਨਾਲ ਗੱਲਬਾਤ ਹੋਈ ਤੁਹਾਡੀ ਕੀ ਪਰਿਵਾਰ ਦੀ ਕੋਈ ਗੱਲਬਾਤ ਸੀ ਜਾਂ ਪੁਲਿਸ ਨੂੰ ਕੁਛ ਕਹਿਣਾ ਹੋਇਆ ਤੁਹਾਡੇ ਤੋਂ ਇਹ ਤਾਂ ਹੁਣ ਪੁਲਿਸ ਤਫਤੀਸ਼ ਕਰਦੀ ਪਈ ਆ ਪਰਿਵਾਰ ਦੱਸੇਗਾ ਜੋ ਵੀ ਗੱਲ ਹੋਊਗੀ ਸਰਪੰਚ ਸਾਹਿਬ ਸਦਮੇ ਸਨ ਜਦੋਂ ਜਿਹੜੇ ਪਰਿਵਾਰ ਨਾਲ ਇਹੋ ਜਿਹੀ ਘਟਨਾ ਘਟਦੀ ਆ ਉਹਨੂੰ ਪਤਾ ਹੁੰਦਾ ਪਰਿਵਾਰ ਤਾਂ ਹੁੰਦਾ ਵੀ ਕੀ ਬੀਤਦੀ ਆ ਉਸ ਪਰਿਵਾਰ ਦੇ ਦਿਲ 'ਤੇ ਬੜੀ ਮਾੜੀ ਘਟਨਾ ਹੋਈ ਆ ਠੀਕ ਜੋ ਵੀ ਦੋਸ਼ੀ ਹੋਣਗੇ ਉਹ ਜਲਦੀ ਪੁਲਿਸ 'ਤੇ ਗ੍ਰਿਫਤ 'ਚ ਦੇਖੋ ਇਹ ਤਾਂ ਹੁਣ ਪੁਲਿਸ ਤਫਤੀਸ਼ 'ਚ ਹੀ ਪਤਾ ਲੱਗੂਗਾ ਪੁਲਿਸ ਤਫਤੀਸ਼ ਕਰਦੀ ਪਈ ਆ ਕਈ ਵਾਰ ਹੁੰਦਾ ਪੁਲਿਸ ਤਫਤੀਸ਼ ਦੇ ਵਿੱਚ ਕਈ ਗੱਲਾਂ ਜਿਹੜੀਆਂ ਉਹ ਨਹੀਂ ਲੋਕਾਂ ਦੇ ਜਗ ਜਾਹਰ ਕਰਦੀਆਂ ਜਦੋਂ ਤਫਤੀਸ਼ ਪੂਰੀ ਹੋ ਗਈ ਜਲਦੀ ਸਾਰਿਆਂ ਦੇ ਰੂਬਰੂ ਪ੍ਰੈਸ ਨੂੰ ਸਭ ਤੋਂ ਪਹਿਲਾਂ ਦੱਸਾਂਗੇ ਬਹੁਤ ਵੱਡੀ ਘਾਟ ਪਈ ਆ ਪਾਰਟੀ ਨੂੰ ਪਰਿਵਾਰ ਨੂੰ ਥੱਲੇ ਕਰੀ ਸਟਾਰ ਥੱਲੇ ਇਹ ਘਾਟ ਤਾਂ ਨਹੀਂ ਪੂਰੀ ਹੋ ਸਕਦੀ ਪਰ ਪਰਿਵਾਰ ਦੇ ਨਾਲ ਜਿੱਥੇ ਵੀ ਲੋੜ ਹੋਊਗੀ ਪਰਿਵਾਰ ਨੂੰ ਮੈਂ ਸਾਰੀ ਜ਼ਿੰਦਗੀ ਸਰਪੰਚ ਸਰਦਾਰ ਗੁਰਦਿਆਲ ਸੋਹਣਾ ਦੇ ਪਰਿਵਾਰ ਦੇ ਨਾਲ ਖੜੂੰਗਾ ਬਾਕੀ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਕਾਨੂੰਨ ਤਹਿਤ ਜਲਦ ਤੋਂ ਜਲਦ ਜਿਹੜੀ ਆ ਕਾਨੂੰਨੀ ਕਾਰਵਾਈ ਕਰਕੇ ਗ੍ਰਿਫਤਾਰ ਕੀਤਾ ਜਾਊਗਾ ਸਾਡੇ SSP ਸਾਹਿਬ SPD ਸਾਹਿਬ ਸਾਰੇ ਅਫਸਰ ਮੌਕੇ 'ਤੇ ਇੱਥੇ ਮੌਜੂਦ ਨੇ ਅਤੇ ਜਿਸ ਦਿਨ ਦਾ ਮਰਡਰ ਹੋਇਆ ਉਸ ਦਿਨ ਦਾ ਹੀ ਸਾਰੀਆਂ ਪੁਲਿਸ ਦੀਆਂ ਟੀਮਾਂ ਮੁਸਤੈਦੀ ਦੇ ਨਾਲ ਕੰਮ ਕਰ ਰਹੀਆਂ ਬੜੀ ਵੱਡੀ ਘਾਟ ਪਈ ਹੈ ਇੱਥੇ ਕੁਝ ਮੈਂ ਕਹਿ ਹੀ ਨਹੀਂ ਸਕਦਾ ਕਿੱਡਾ ਵੱਡਾ ਘਾਟਾ ਪਿਆ ਪਰਿਵਾਰ ਨੂੰ ਪਾਰਟੀ ਸਾਡਾ ਆਗੂ ਸੀ ਰਾਜਵਿੰਦਰ ਸਿੰਘ ਤਲਵੰਡੀ ਬਹੁਤ ਵਧੀਆ ਇਨਸਾਨ ਸੀ ਨੇਕ ਸਾਊ ਦਲੇਰ ਹਰੇਕ ਨਾਲ ਖੜ੍ਹਨ ਨਾਲ ਯਾਰਾਂ ਦਾ ਯਾਰ ਬੜੀ ਘਾਟ ਪਈ ਹੈ ਪਰਿਵਾਰ ਨਾਲ ਗੱਲਬਾਤ ਹੋਈ ਤੁਹਾਡੀ ਕੀ ਪਰਿਵਾਰ ਦੀ ਕੋਈ ਗੱਲਬਾਤ ਸੀ ਜਾਂ ਪੁਲਿਸ ਨੂੰ ਕੁਛ ਕਹਿਣਾ ਹੋਇਆ ਤੁਹਾਡੇ ਤੋਂ ਇਹ ਤਾਂ ਹੁਣ ਪੁਲਿਸ ਤਫਤੀਸ਼ ਕਰਦੀ ਪਈ ਆ ਪਰਿਵਾਰ ਦੱਸੇਗਾ ਜੋ ਵੀ ਗੱਲ ਹੋਊਗੀ ਸਰਪੰਚ ਸਾਹਿਬ ਸਦਮੇ ਸਨ ਜਦੋਂ ਜਿਹੜੇ ਪਰਿਵਾਰ ਨਾਲ ਇਹੋ ਜਿਹੀ ਘਟਨਾ ਘਟਦੀ ਆ ਉਹਨੂੰ ਪਤਾ ਹੁੰਦਾ ਪਰਿਵਾਰ ਤਾਂ ਹੁੰਦਾ ਵੀ ਕੀ ਬੀਤਦੀ ਆ ਉਸ ਪਰਿਵਾਰ ਦੇ ਦਿਲ 'ਤੇ ਬੜੀ ਮਾੜੀ ਘਟਨਾ ਹੋਈ ਆ ਠੀਕ ਜੋ ਵੀ ਦੋਸ਼ੀ ਹੋਣਗੇ ਉਹ ਜਲਦੀ ਪੁਲਿਸ 'ਤੇ ਗ੍ਰਿਫਤ 'ਚ ਦੇਖੋ ਇਹ ਤਾਂ ਹੁਣ ਪੁਲਿਸ ਤਫਤੀਸ਼ 'ਚ ਹੀ ਪਤਾ ਲੱਗੂਗਾ ਪੁਲਿਸ ਤਫਤੀਸ਼ ਕਰਦੀ ਪਈ ਆ ਕਈ ਵਾਰ ਹੁੰਦਾ ਪੁਲਿਸ ਤਫਤੀਸ਼ ਦੇ ਵਿੱਚ ਕਈ ਗੱਲਾਂ ਜਿਹੜੀਆਂ ਉਹ ਨਹੀਂ ਲੋਕਾਂ ਦੇ ਜਗ ਜਾਹਰ ਕਰਦੀਆਂ ਜਦੋਂ ਤਫਤੀਸ਼ ਪੂਰੀ ਹੋ ਗਈ ਜਲਦੀ ਸਾਰਿਆਂ ਦੇ ਰੂਬਰੂ ਪ੍ਰੈਸ ਨੂੰ ਸਭ ਤੋਂ ਪਹਿਲਾਂ ਦੱਸਾਂਗੇ ਠੀਕ